ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਜੀ ਕਿੱਦਾਂ? ਵਧੀਆ ਵਧੀਆ, ਤੁਸੀਂ ਸੁਣਾਓ? ਹੋਰ ਸੁਣਾਓ? ਵਾਹ ਵਧੀਆ, ਬੜੇ ਬਿਜੀ ਲੱਗ ਰਹੇ ਫੋਨ ਤੇ। ਨਹੀਂ ਬਿਜੀ ਨਹੀਂ, ਇਦਾਂ ਫੋਨ ਆਉਂਦਾ ਵਿੱਚ ਡੰਗਰਾਂ ਡੰਗਰਾਂ ਦਾ ਪੁੱਛਦੇ ਲੋਕ। ਹੋਰ ਵਧੀਆ ਚੱਲ ਰਿਹਾ ਕੰਮ? ਹਾਂਜੀ ਵਧੀਆ ਚੱਲਦਾ ਜੀ। ਕਿੰਨਾ ਫਿਰ ਅੱਜ ਜੀ? ਅੱਜ ਅਸੀਂ ਚਾਰ ਹੀ ਪਾਵਾਂਗੇ। ਚਾਰ ਗਾਵਾਂ? ਸਾਰੀਆਂ ਸੂਈਆਂ 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 ਸੂਈਆਂ। ਚਲੋ ਦੱਸੋ ਜੀ ਫਿਰ। ਇਹਨਾਂ ਦੇ ਬੱਚੇ ਹੈਗੇ ਆ, ਇੱਕ ਦਾ ਬੱਚਾ ਨਹੀਂ ਹੈਗਾ। ਠੀਕ ਆ। ਤਿੰਨੇ ਬੱਚੇ, ਤਿੰਨੇ ਵੱਛੀਆਂ। ਤਿੰਨੇ ਬੱਚੇ, ਤਿੰਨੇ ਵੱਛੀਆਂ, ਤਿੰਨੇ ਵੱਛੀਆਂ। ਬੋਲੋ ਫਿਰ। ਹਾਂਜੀ, ਦਵਾਈ ਦਾ ਟਾਈਮ ਹੋ ਗਿਆ ਸਾਡਾ 4:03 ਹੋ ਗਏ ਜੀ। ਠੀਕ ਆ। ਦਵਾਈ ਦਾ ਟਾਈਮ ਹੋ ਗਿਆ, ਟਾਈਮ ਹੋ ਗਿਆ। ਹਾਂ ਨਹੀਂ ਜੀ, ਦੁੱਧ ਮਿੰਟੀ ਵਾਲਾ 25-26 ਜਿੰਨਾ ਮਰਜ਼ੀ ਸਹੀ ਜਾਈਏ। ਸਹੀ ਕਹਿਣਾ ਹੀ ਆ, ਮਿੰਟੀ ਵਾਲਾ ਦੁੱਧ 21 ਹੋ ਜਾਏ, 20 ਹੋ ਜਾਏ। 20 ਕਿਲੋ ਮੰਨੀਏ? ਹਾਂਜੀ ਪੱਕਾ ਜੀ। ਮੈਂ ਨਾ ਪੱਕਾ ਹੀ ਕਰਦਾ ਦੇ। ਤੋਰੋ ਜੀ, ਲਓ ਜੀ 20 ਕਿਲੋ ਦੁੱਧ ਪੂਰਾ ਤਿਆਰ ਆ, ਅਤੇ ਵੇਖੋ ਲੇਵਾ ਕਰਾਂ ਦੀ। ਆਹ ਚੁਆਈ ਟਾਈਮ ਹੋ ਚੁੱਕਾ ਬਾਈ ਹੁਣਾਂ ਦਾ। ਆਹ ਦੇਖੋ ਆ ਜਾਓ ਸੰਧੂ ਸਾਹਿਬ, ਆ ਜਾਓ। ਬਾਕੀ ਲੇਵਾ ਹੀ ਦੱਸੀ ਜਾ ਸੰਧੂ ਸਾਹਿਬ, ਲੇਵਾ ਦੱਸੂਗਾ। ਅਤੇ ਮਗਰ ਵੀ ਵੱਛੀ ਜੀ? ਮਗਰ ਵੀ ਵੱਛੀ ਆ। ਹਾਂਜੀ ਹਾਂਜੀ ਹਾਂਜੀ। ਮੁੱਲ ਤਾਂ ਸੰਦੀਪ ਜੀ ਆਪਾਂ ਵੀ ਐਂ ਕਰੀ ਜਾਈਏ ਨਾ, 75,000 ਆ। 70 ਦੀ ਦੇ ਦਾਂਗੇ, ਕਿੰਨੇ ਦੀ ਦਈਏ? ਨਹੀਂ ਆਪੇ ਹੀ ਦੱਸੋ। 65 ਦੀ ਦੇ ਦਾਂਗੇ ਸੰਦੀਪ ਜੀ, ਹਾਂ ਨਾ ਛੋਟੀ ਹੋਊਗੀ। ਕਿੰਨੀ? 5,000। 60 ਦੀ? 60 ਦੀ ਦੇ ਦਾਂਗੇ, 60 ਦੇ ਦਾਂਗੇ। ਚਲੋ ਠੀਕ ਆ, ਆਏਗੇ ਤਾਂ ਮਾਨਤਾ ਹੋਰ ਕਰ ਦੋਗੇ? ਕਰ ਦਾਂਗੇ 2,000 58,000 ਦੀ। ਆ ਵੇਖੋ, ਠੀਕ ਹੈ ਜੀ। ਪਰ 20 ਕਿਲੋ ਦੁੱਧ ਕੋਈ ਮਿਣ ਕੇ ਲੈ ਜੇ। ਹਾਂਜੀ, ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਖੜੇ। ਬਸ ਠੀਕ ਆ ਜੀ, ਵੱਛੀ ਮਗਰ ਨਾਲੇ ਵੇਖੋ ਘਰਾਂ ਦੀ। ਇਹ ਗਾਂ ਵਾਲੇ ਸੰਧੂ ਸਾਹਿਬ ਆ, ਇਹ ਇੱਥੇ ਰੇਟ ਤੈਨੂੰ ਘੱਟ ਹੀ ਮਿਲਣਾ। ਬਹੁਤ ਪੁਰਾਣੇ ਬੇਲੀ ਆ ਆਪਣੇ ਇਹ। ਸਾਨੂੰ ਤਾਂ ਕਿੰਨੇ ਟਾਈਮ ਹੋ ਗਿਆ? ਹੋ ਗਏ 6-7 ਸਾਲ ਹੋ ਗਏ ਤੁਹਾਨੂੰ ਵੀਡੀਓ ਬਣਾ ਬਿਲਕੁਲ। ਆਪਾਂ ਮੰਗੇ ਵੀਰ ਦੀ ਅੱਜ ਵੀ ਇੱਜ਼ਤ ਕਰਦੇ ਆ, ਜਿਹੜੇ ਮਿਲ ਗਏ। ਹਾਂਜੀ, ਉਹਨੇ ਕਿਹਾ ਸੁੱਖ ਵੀਡੀਓ ਬਣਵਾਈ। ਬੜਾ ਬੜਾ ਸਹੀ ਗੱਲ ਆ। ਇਹਵੇਂ ਆਪਾਂ ਕਹਿ ਦਈਏ ਨਹੀਂ ਕਿਹਾ, ਬਿਲਕੁਲ ਵਪਾਰੀ ਵਪਾਰੀ ਨੂੰ ਮਾਰ ਕੇ ਖੋਜ ਲਿਆ। ਇਹ ਨਾ ਵੱਧ ਵੇਖ ਲੈ, ਵੱਜ ਵੱਜ ਵੇਖ। ਬਿਲਕੁਲ, ਉਹ ਬੰਦੇ ਨੇ ਕਿਹਾ ਸੁੱਖ ਵੀਡੀਓ ਬਣਾ, ਵੀਡੀਓ ਬਣਾ ਮੇਰੇ ਹੱਥ ਪਾਸ ਵਾ। ਵੇਖ ਲਓ ਐਂ ਆ, ਵੇਖ ਲਓ ਹੁਣ ਨਾ ਕਿੰਨੇ ਆ ਗਏ ਆ, ਕਿੰਨੇ ਚਲੇ ਗਏ। ਕਹਿੰਦੇ ਬਾਈ ਜੀ ਐਂ ਚਲੀ ਜਾਂਦਾ ਦੁਨੀਆਦਾਰੀ, ਬਸ ਬਸ ਜਿਹੜਾ ਆਇਆ ਉਹਨੇ ਜਾਣਾ ਨਹੀਂ ਜਾਣਾ ਹੈਗਾ। ਮੰਗਣਾ ਹੀ ਆ ਜੀ, ਇਹ ਵੀ ਦੇ ਦਾਂਗੇ। ਇੱਕੋ ਹੀ ਗੱਲ, ਬੋਲੋ 60,000 ਦੀ ਆਪੀ ਛੋੜ ਕਰ ਦੂ, ਜਿੰਨੀ 2,000 ਜਾਣ ਦੋ। ਇਹ 58 ਦੀ, 58 ਰੇਟ ਵੇਖੋ ਕਰਾਂ ਦੀ। ਫਿਰ ਤਾਂ ਪਾਉਗੀ ਮੱਛੀ। ਬਸ ਠੀਕ ਆ, ਲੇਵਾ ਦੱਸੀ ਜਾਣਾ ਭਾਈ ਜੀ, ਲੇਵਾ। ਫਿਰ ਤੁਸੀਂ ਕਹਿੰਦਾ ਸੰਧੂ ਸਾਹਿਬ, ਇਹ ਸੰਧੂ ਸਾਹਿਬ ਚਾਟੀ ਪਿੰਡ ਵਾਲੇ ਸਭ ਤੋਂ ਆਪਣੇ ਪਿਆਰੇ ਵਪਾਰੀ ਤੇ ਨਾਲੇ ਪੁਰਾਣੇ।
ਬਿਲਕੁਲ ਕੱਟ ਵਾਲਾ ਲਿਆ ਕੱਟ ਵਾਲਾ ਨਾਲੇ ਹਾਂਜੀ ਹਾਂਜੀ ਚਲੋ ਆਹ ਸੰਦੋ ਕੱਟ ਵਾਲੇ ਦੁੱਧ ਐਸ ਐਸ 17-18 ਇੰਨਾ ਹੀ ਆ ਚਿੱਟੀ ਡੱਬੀ ਬੈਠ ਨਾਲੇ ਮੌਜਾਂ ਲੱਗੀਆਂ ਹੰਤ ਸਾਹਿਬ ਇੱਕ ਦਾ ਲਿਆਉਣਾ ਮੇਰੀਆਂ ਤਿੰਨੇ ਕੱਟ ਵਾਲੀਆਂ ਕੱਟ ਵਾਲਾ ਆਹੋ ਕਰਾਂ ਦੇ ਜਿਹੜੇ ਗਾਂਡੋ ਰੇਟ ਕੀਤੇ ਰਹਿੰਦੇ ਫਿਰ ਕੁਛ ਵੀ ਨਹੀਂ ਕਰਨਾ ਤੁਸੀਂ ਆਪ ਹੀ ਦੱਸ ਦੋ ਇਹ ਦੇ ਦਾਂਗੇ 55,000 ਛੱਡ ਦਿਓ ਜਿੰਨੇ ਛੱਡਣਾ ਸਾਡਾ ਕਹਿਣਾ ਮੋੜਦੇ ਇਹ ਨੀ ਮੋੜਦੇ ਸਾਡਾ ਕਹਿਣਾ ਜਿੰਨੇ ਕਹਿੰਦੇ ਬਸ ਛੱਡ ਦੇਣੇ ਆਣੇ ਹਾਂਜੀ ਆ ਜਾਓ ਉਧਰ ਲੋੜ ਨੀ ਪਰ ਵੇਖੋ ਪਰ ਜੋ ਮਰਜ਼ੀ ਆ ਬਾਈ ਦਾ ਰੇਟ ਬੜਾ ਜਾਇਜ਼ ਆ ਐਂ ਪਾ ਕੇ ਲੱਗਦਾ ਵੇਖੋ ਬੱਚਾ ਹੁੰਦਾ ਤੇ ਇਹ ਵੀ 45 ਦੀ ਵਿਕਦੀ ਹੁਣ ਆਪਾਂ ਕਿਹਨੇ ਦੇਈਏ ਲਾਸਟ ਪੀਸ ਹੀ ਆ ਤੁਸੀਂ ਦੇਣੀ ਵਾ ਇੱਕੋ ਹੀ ਗੱਲ ਮੈਂ ਨਹੀਂ ਦੇਣੀ ਦੇ ਦਾਂਗੇ 30,000 ਦੀ ਛੱਡ ਦੋ ਹੋਰ ਜਿਹਨੇ ਛੱਡਣੇ ਆ ਤੁਸੀਂ ਦੱਸ ਦਿਓ ਇੱਕੋ ਹੀ ਗੱਲ ਨਹੀਂ ਤੂੰ ਦੱਸ ਦੇ ਮੈਂ ਨਹੀਂ ਕੁਝ ਕਹਿਣਾ ਹੀ ਨਹੀਂ ਤਿੰਨ ਛੱਡ ਦਾਂਗੇ 27,000 25,000 ਦੀ ਜਾਂ ਹੁੰਦੀ ਆ ਦੇ ਦਾਂਗੇ ਕੰਮ ਐਂਡ ਗੱਲ ਮਗਾਓ ਠੀਕ ਹੈ ਜੀ 25,000 ਦੀ ਪਰ ਸੰਦੀਪ ਜੀ ਇਹ ਦੇਣੀ ਨਹੀਂ ਦੁੱਧ 11 12 ਕਿਲੋ ਜੀ ਮਿਲਿਆ ਨਹੀਂ ਯਾਰ ਹਾਂ ਮਿਲਿਆ ਜੇ ਕੋਈ ਕਹਿ ਦੇ ਨਾ ਵੀ ਕਹਿ ਦੇ ਕਿ ਕਿੱਥੇ ਜਾਣੇ ਕੋ ਲੈ ਜਾਣੀ ਆ ਬੋਲੇ ਜੀ ਮੜਾ ਠੀਕ ਆ ਲੋ ਜੀ ਚਾਰ ਰਹਿਣਾ ਬਾਈ ਨੇ ਕੋਲ ਪਰ ਰੇਟ ਜਿਹੜਾ ਬਾਈ ਨੇ ਕਰ ਦੇਣਾ ਬਸ ਹੁਣ ਦੁਬਰ ਰੱਬ ਦਾ ਨਾ ਹੀ ਆ ਹੁਣ ਤੁਸੀਂ ਆਪ ਚੈੱਕ ਕਰਦੇ ਬੱਚੇ ਵੇਖੋ ਜੀ ਆਲੇ ਆਲ ਬੱਚੇ ਤਿੰਨੇ ਹਾਂਜੀ ਹਾਂਜੀ ਅੱਛਾ ਹੁਣ ਦੇਖ ਲੋ ਜੀ ਰੇਟ ਬਿਲਕੁਲ ਜੈ ਪਰ ਚੁਆਈ ਕਰਕੇ ਚੈੱਕ ਕਰਕੇ ਪਾਸ ਕਰਾਣਾ ਬਾਈ ਜੀ ਤਸੱਲੀ ਕਰੇ ਤਸੱਲੀ ਪੂਰੀ ਬਾਹਰ ਚਲੋ ਮਾਲਕ ਦੀ ਕਿਰਪਾ ਪਰ ਬਾਕੀ ਕੱਟ ਕੇ ਲਾਓ ਪੀਸ ਕਰੀ ਦਾ ਸ਼ੌਂਕ ਨਾ ਸ਼ੌਂਕ ਇਵੇਂ ਆਪਾਂ ਕਹਿ ਦਈਏ ਚਲੋ
ਜਿੱਥੇ ਬਾਂਹ ਲਾ ਦੇ ਨਾ ਹਾਂਜੀ ਹਾਂਜੀ ਇਵੇਂ ਮੈਂ ਕਹਿ ਦਾਂ ਜਿੱਥੇ ਕਿਤੇ ਬਾਂਹ ਲਾ ਦੇ ਹਾਂਜੀ ਭਾਵੇਂ ਦੁਨੀਆ ਇੱਧਰੋਂ ਇੱਧਰ ਹੋ ਜੇ ਉਹ ਕੰਮ ਨਹੀਂ ਹੋਊਗਾ ਨਹੀਂ ਹੋਊਗਾ ਬਾਕੀ ਪਤਾ ਗੱਲ ਕੀ ਆ ਹੁਣ ਤੁਹਾਡਾ ਪਤਾ ਨਹੀਂ ਲੱਗਦਾ ਮੈਂ ਨਾ ਸੰਦੀਪ ਜੀ ਤੁਹਾਡੇ ਇਲਾਕੇ ਚ ਅੱਜ ਵੀ ਜੱਟ ਦਾ ਨਾਂ ਬੋਲ ਹੈਗਾ 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 ਕੋਟ ਕੋ ਮੈਨੂੰ ਪਤਾ ਬਾਈ ਨੇ ਕੋਟ ਕੋਟ ਰਸਤਾ ਰਹੀ ਉੱਥੇ ਉੱਥੇ ਬੜਾ ਮਾਲ ਮਾਲ ਹੈ ਪਿਛੇ ਵਿਆਹ ਦੇ ਉੱਥੇ ਤੁਸੀਂ ਵੀ ਤੁਹਾਨੂੰ ਵੀ ਕਿਹਾ ਸੀ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਚਲੋ ਆਏ ਆ ਬਾਈ ਜੀ ਖਿੱਚ ਕੇ ਰੱਖੋ ਕੰਮ ਕਰਾ ਦੀ ਚਲੋ ਠੀਕ ਹੈ ਜੀ ਸੁਖ ਸੰਧੂ ਆ ਜੀ 81 46 46 72 ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ